ਗਗਨ ਜੀ ਦਾ ਟਿੱਲਾ ਮੰਦਰ ਨੂੰ ਜਾਣ ਵਾਲੀ ਸੜਕ 'ਤੇ ਲੱਗੀਆਂ ਸੋਲਰ ਲਾਈਟਾਂ। ਅੱਜ ਇਹਨਾਂ ਲਾਈਟਾਂ ਦਾ ਉਦਘਾਟਨ MLA ਕਰਮਵੀਰ ਸਿੰਘ ਘੁੰਮਣ ਵੱਲੋਂ ਕੀਤਾ ਗਿਆ। ਕਾਫੀ ਲੰਬੇ ਸਮੇਂ ਤੋਂ ਗਗਨ ਜੀ ਦਾ ਟਿੱਲਾ ਦੀ ਕਮੇਟੀ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਜੋ ਸ਼ਰਧਾਲੂ ਮੱਥਾ ਟੇਕਣ ਲਈ ਜਾਂਦੇ ਹਨ ਰਸਤੇ ਵਿੱਚ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਅੱਜ ਉਹਨਾਂ ਦੀ ਮੰਗ ਪੂਰੀ ਹੋਈ ਹੈ ਅਤੇ ਸੜਕ 'ਤੇ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ। ਅੱਜ ਬਹੁਤ ਖੁਸ਼ੀ ਦਾ ਸਮਾਂ ਹੈ। ਇਤਿਹਾਸਿਕ ਸਥਾਨ ਗਗਨ ਜੀ ਦਾ ਟਿੱਲਾ ਉੱਤੇ ਇੱਕ ਕਮੇਟੀ ਵੱਲੋਂ ਡਿਮਾਂਡ ਸੀਗੀ ਕਿ ਰਸਤੇ 'ਤੇ ਆਉਣ ਵਾਲੀਆਂ ਸੰਗਤਾਂ ਦੇ ਵਾਸਤੇ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਵੇ, ਔਰ ਮੈਨੂੰ ਵੀ ਇਹਨਾਂ ਨੇ ਹੁਕਮ ਲਾਇਆ ਸੀਗਾ, ਔਰ ਨਾਲ ਹੀ ਸਾਡੇ ਹਲਕਾ ਇੰਚਾਰਜ ਮਕੇਰੀਆਂ ਪ੍ਰੋਫੈਸਰ ਸਾਹਿਬ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਸੀ ਵੀ ਜਿਹੜੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ, ਔਰ ਅੱਜ ਉਹ ਖੁਸ਼ੀ ਦਾ ਸਮਾਂ ਹੈ, ਔਰ ਅੱਜ ਸਾਰਿਆਂ ਨੇ ਅਸੀਂ ਰਲ ਮਿਲ ਕੇ ਅਤੇ ਰਸਤੇ 'ਤੇ ਜਾਣ ਵਾਸਤੇ ਜਿੱਥੇ ਲਾਈਟਾਂ ਦਾ ਪ੍ਰਬੰਧ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤਾ ਗਿਆ, ਮੈਂ ਜਿੱਥੇ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਕਿ ਜਿਨ੍ਹਾਂ ਨੇ ਪ੍ਰਬੰਧ ਕੀਤਾ, ਉੱਥੇ ਕਮੇਟੀ ਦਾ ਵੀ ਧੰਨਵਾਦ ਕਰਦਾ, ਸਾਰੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇਸ ਚੀਜ਼ ਨੂੰ ਪਹਿਲ ਦੇ ਆਧਾਰ 'ਤੇ ਸਾਡੇ ਤੱਕ ਪਹੁੰਚਾਇਆ, ਔਰ ਅਸੀਂ ਇਹਨਾਂ ਦੀ ਆਵਾਜ਼ ਨੂੰ BDO ਦਫ਼ਤਰ ਤੱਕ ਪਹੁੰਚਾ ਕੇ ਜਿਹੜੀ ਉਹ ਮੰਗ ਆ ਉਹ ਪੂਰੀ ਕੀਤੀ ਆ। ਹੋਰ ਵੀ ਇਹਨਾਂ ਦੀ ਲਾਈਟਾਂ ਦੀ ਡਿਮਾਂਡ ਆ, ਉਹ ਲਾਈਟਾਂ ਦੀ ਡਿਮਾਂਡ ਅਸੀਂ ਬਹੁਤ ਜਲਦੀ ਜਿਹੜੀ ਅਤੇ ਪੂਰੀ ਕਰਾਂਗੇ। ਹੋਰ ਵੀ ਜਿਹੜੇ ਕੋਈ ਕੰਮ ਹੋਣਗੇ ਇਸ ਇਤਿਹਾਸਿਕ ਸਥਾਨ ਵਾਸਤੇ ਅਤੇ ਪਰਮਾਤਮਾ ਨੇ ਸਾਡੇ ਕੋਲ ਕਰਵਾਉਣੇ ਹੋਏ ਤਾਂ ਜ਼ਰੂਰ ਉਹ ਕਰਵਾਏ ਜਾਣਗੇ, ਔਰ ਮੈਂ ਧੰਨਵਾਦ ਕਰਦਾ ਸਾਰੀ ਪ੍ਰਬੰਧਕ ਕਮੇਟੀ। ਅੱਜ ਫਿਲਹਾਲ 10 ਲਾਈਟਾਂ ਜਿਹੜੀਆਂ ਰੋਡ ਤੱਕ ਲੱਗ ਚੁੱਕੀਆਂ ਨੇ, ਹੋਰ 20 ਲਾਈਟਾਂ ਦੀ ਡਿਮਾਂਡ ਆ, ਉਹ ਡਿਮਾਂਡ ਵੀ ਜਿਹੜੀ ਜਲਦੀ ਪੂਰੀ ਕਰ ਦਿੱਤੀ ਜਾਵੇ। ਘੁੰਮਣ MLA ਦਸੂਆ ਉਹਨਾਂ ਦਾ ਸ਼ਿਵ ਮੰਦਰ ਗਗਨ ਜੀ ਦੇ ਟਿੱਲੇ 'ਤੇ ਆਉਣ 'ਤੇ ਲਾਈਟਾਂ ਦਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਸੀਗਾ, ਉਹਨਾਂ ਨੇ ਸਾਡਾ ਵਾਅਦਾ ਕੀਤਾ ਸੀਗਾ, ਅੱਜ ਨੇ ਆਪਣਾ ਵਾਅਦਾ ਪੂਰਾ ਕੀਤਾ, ਅਸੀਂ ਉਹਨਾਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਾਈਟਾਂ ਫਿਲਹਾਲ ਤਾਂ 10 ਰੱਖੀਆਂ, ਪਰ ਵੈਸੇ 35 ਲਾਈਟਾਂ ਦਾ ਦਿੱਤਾ ਸੀ ਉਹਨਾਂ ਨੂੰ ਪ੍ਰੋਜੈਕਟ, ਅਤੇ ਦੇਖੋ ਅੱਗੇ ਉਹ ਕਹਿ ਰਹੇ ਅਸੀਂ ਅਗਲੀਆਂ ਵੀ ਪੂਰੀਆਂ ਕਰਾਂਗੇ।